ਸਾਰੇ ਭਗਤ ਜਨਾਂ ਨੂੰ ਜੈ ਮਾਤਾ ਦੀ। ਦੋਸਤੋ, ਅੱਜ ਅਸੀਂ ਸ਼੍ਰੀ ਵੈਸ਼ਨੋ ਮਾਤਾ ਜੀ ਦਰਬਾਰ ਦੀ ਯਾਤਰਾ ਲੈ ਕੇ ਆਏ ਹਾਂ, ਔਰ ਮੈਂ ਤੁਹਾਨੂੰ ਇਹਦੇ ਵਿੱਚ ਪੂਰੀ ਜਾਣਕਾਰੀ ਦੂੰਗਾ ਵੀ ਕਿੱਦਾਂ ਕਿੱਦਾਂ ਆਪਾਂ ਉੱਥੇ ਜਾ ਸਕਦੇ ਹਾਂ। ਅਤੇ ਦੋਸਤੋ, ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਮਝ ਆਊਗਾ। ਅਤੇ ਦੋਸਤੋ, ਬਣੇ ਰਹੋ, ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੁੱਲ ਜਾਣਕਾਰੀ ਦੂੰਗਾ। ਮੈਂ ਇਸ ਕਰਦੇ ਹਾਂ ਯਾਤਰਾ ਸ਼ੁਰੂ। ਦੋਸਤੋ, ਮੈਂ ਹਾਂ ਗੌਰਵ, ਤੁਸੀਂ ਦੇਖ ਰਹੇ ਹੋ ਗੌਰਵ ਗੁੱਡ ਬਲੌਗ। ਦੋਸਤੋ, ਮੈਂ ਇਹੋ ਜਿਹੇ ਵੀਡੀਓ ਯਾਤਰਾ ਦੀਆਂ ਲੈ ਕੇ ਆਉਂਦਾ ਰਹਿੰਦਾ, ਅਤੇ ਮੈਂ ਹੋਲਸੇਲ ਦੀਆਂ ਰਿਟੇਲ ਦੀਆਂ ਵੀਡੀਓ ਵੀ ਲੈ ਕੇ ਆਉਂਦਾ ਰਹਿੰਦਾ। ਅਤੇ ਦੋਸਤੋ, ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਲਾਈਕ ਵੀ ਕਰਿਓ, ਔਰ ਕਮੈਂਟ ਦੇ ਵਿੱਚ ਜੈ ਮਾਤਾ ਦੀ ਲਿਖਣਾ ਬਿਲਕੁਲ ਨਾ ਭੁੱਲਣਾ। ਅਤੇ ਦੋਸਤੋ, ਤੁਸੀਂ ਦੇਖ ਸਕਦੇ ਹੋ ਰਾਤ ਦਾ ਇਹ 12 ਵਜੇ ਦੀ ਟ੍ਰੇਨ ਸੀਗੀ। ਦੋਸਤੋ, 1 ਘੰਟਾ ਸਾਡੀ ਟ੍ਰੇਨ ਲੇਟ ਹੋ ਗਈ ਅਤੇ 12 ਵਜੇ ਆਉਣੀ ਸੀ, ਇਹ ਹੁਣ ਟ੍ਰੇਨ 1 ਵਜੇ ਆਉਣੀ ਹੈ। ਅਤੇ ਦੋਸਤੋ, ਅੱਗੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੂੰਗਾ, ਬਣੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ। ਗਾਈਸ, ਹੁਣ ਆਪਾਂ ਗੱਲ ਕਰਦੇ ਹਾਂ ਇਸ ਟ੍ਰੇਨ ਦੀ, ਉਸ ਟਾਈਮਿੰਗ ਦੀ। ਟਾਈਮਿੰਗ ਇਹਦੀ ਹੈਗੀ ਹੈ ਦੋਸਤੋ ਰਾਤ ਨੂੰ 12 ਵਜੇ, ਅਤੇ ਸਾਡੀ ਟ੍ਰੇਨ ਲੇਟ ਹੋ ਗਈ ਸੀ ਕਿਉਂਕਿ 1 ਘੰਟਾ ਲੇਟ ਸੀਗੀ, ਫਿਰ ਅਸੀਂ 1 ਵਜੇ ਇਹ 'ਚ ਬੈਠੇ ਸੀਗੇ। ਅਤੇ ਦੋਸਤੋ, ਜਿਹੜੀ ਗੱਲ ਕਰਦੇ ਆਪਾਂ ਇਸ ਕਿਰਾਏ ਬਾਰੇ, ਅਤੇ ਦੋਸਤੋ ਇਹਦਾ ਖੰਨੇ ਤੋਂ ਕਿਰਾਇਆ ਜੰਮੂ ਤਾਵੀ ਤੱਕ 115 ਰੁਪਏ ਕਿਰਾਇਆ ਲੱਗਿਆ। ਦੋਸਤੋ, ਇਹਦੇ 'ਚ 115 ਰੁਪਏ ਇੱਕ ਜਾਣੇ ਦਾ ਸਾਡਾ ਕਿਰਾਇਆ ਲੱਗਿਆ ਜੰਮੂ ਤਾਵੀ ਤੱਕ। ਦੋਸਤੋ, ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ, ਮੈਂ ਤੁਹਾਨੂੰ ਅੱਗੇ ਵੀ ਪੂਰੀ ਜਾਣਕਾਰੀ ਸਾਰੀ ਦਿੰਦਾ ਰਹੂੰਗਾ। ਦੋਸਤੋ, ਹੁਣ ਆਪਾਂ ਪਹੁੰਚ ਚੁੱਕੇ ਜੰਮੂ ਤਾਵੀ, ਅਤੇ 8:05 'ਤੇ ਦੋਸਤੋ ਅਸੀਂ ਇੱਥੇ ਪਹੁੰਚੇ ਹਾਂ, 8:05 'ਤੇ ਸਵੇਰੇ। ਅਤੇ ਆਹ ਦੋਸਤੋ ਬਾਹਰਲਾ ਸਟੇਸ਼ਨ ਦੇ ਬਾਹਰਲਾ ਸਾਰਾ ਵਿਊ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਅਤੇ ਦੋਸਤੋ, ਹੁਣ ਕਰ ਲੈਂਦੇ ਆਪਾਂ ਗੱਲ ਕਿਰਾਏ ਬਾਰੇ। ਦੋਸਤੋ, ਜਿਹੜਾ ਬੱਸ ਦਾ ਕਿਰਾਇਆ ਹੈ ਉਹ ਹੈਗਾ 105 ਰੁਪਏ। ਅਸੀਂ ਬੈਠੇ ਹਾਂ ਸਰਕਾਰੀ ਬੱਸ ਦੇ ਵਿੱਚ, ਉਹਦਾ ਕਿਰਾਇਆ 105 ਰੁਪਏ ਹੈ। ਅਤੇ ਜੇ ਤੁਸੀਂ ਏਸੀ ਬੱਸ ਲੈਣਾ ਚਾਹੁੰਦੇ ਹੋ ਤਾਂ ਏਸੀ ਬੱਸ ਦਾ ਕਿਰਾਇਆ 150 ਰੁਪਏ ਹੈ ਕਟਰੇ ਤੱਕ ਦਾ। ਅਤੇ ਦੋਸਤੋ, ਮਿਲਦੇ ਹਾਂ ਆਪਾਂ ਤੁਹਾਨੂੰ ਕਟਰੇ ਜਾ ਕੇ। ਬਾਕੀ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਵਿਊ ਆਉਣਗੇ, ਜਿੱਦਾਂ ਕਿ ਟਰਨਲ, ਇਹਦੇ ਵਿੱਚ 2-3-4 ਟਰਨਲ ਆਉਣਗੇ। ਬਹੁਤ ਹੀ ਸ਼ਾਨਦਾਰ ਜਿਹੜੀ ਗੁਫਾ ਬਣੀਆਂ ਹੋਈਆਂ, ਬਹੁਤ ਹੀ ਸ਼ਾਨਦਾਰ, ਜਿੱਥੋਂ ਬੱਸਾਂ ਲੰਘਣੀਆਂ। ਦੋਸਤੋ, ਬਹੁਤ ਜ਼ਿਆਦਾ ਸੋਹਣੀਆਂ ਗੁਫਾ ਹੈ। ਦੋਸਤੋ, ਤੁਸੀਂ ਵੀਡੀਓ ਦੇ ਵਿੱਚ ਸਾਡੇ ਬਣੇ ਰਹੋ, ਔਰ ਪੂਰੀ ਵੀਡੀਓ ਨੂੰ ਸਾਡੇ ਦੇਖਿਓ ਦੋਸਤੋ, ਤੁਸੀਂ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਆਏਗਾ।
ਸਰ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਹੈ ਕਟੜਾ ਦਾ। ਅਤੇ ਦੋਸਤੋ ਤੁਹਾਨੂੰ ਮੈਂ ਬੋਰਡ ਦਿਖਾਉਂਦਾ ਜਿੱਥੋਂ ਆਈ ਕਾਰਡ ਬਣਾਇਆ ਅਸੀਂ ਨੇ। ਅਤੇ ਦੋਸਤੋ ਆਧਾਰ ਕਾਰਡ ਬਿਲਕੁਲ ਜਿੰਨੇ ਵੀ ਤੁਸੀਂ ਮੈਂਬਰ ਜਾ ਰਹੇ ਹੋ ਸਭ ਦਾ ਆਧਾਰ ਕਾਰਡ ਲੱਗੇਗਾ। ਆਧਾਰ ਕਾਰਡ ਤੋਂ ਬਿਨਾਂ ਆਈ ਕਾਰਡ ਬਣਦਾ ਨਹੀਂ। ਅਤੇ ਨਾਲ ਆਧਾਰ ਕਾਰਡ ਲੱਗਦਾ ਅਤੇ ਨਾਲ ਸਨੈਪ ਹੁੰਦੀ ਹੈ, ਅੰਦਰ ਫੋਟੋ ਵੀ ਹੁੰਦੀ ਹੈ ਜ਼ਰੂਰ। ਅਤੇ ਦੋਸਤੋ ਹੁਣ ਆਪਾਂ ਚੱਲਦੇ ਹਾਂ ਮੰਦਿਰ ਦੇ ਅੰਦਰ, ਜਿਹੜੀ ਐਂਟਰੀ ਹੈ ਜਿੱਥੋਂ ਗੇਟ ਐਂਟਰੀ ਹੁੰਦੀ ਹੈ, ਅਤੇ ਉੱਥੇ ਉਸ ਲਾਈਨ ਲੱਗੀ ਹੁੰਦੀ ਹੈ ਅਤੇ ਮੈਂ ਤੁਹਾਨੂੰ ਲਾਈਨ ਵੀ ਦਿਖਾਉਂਦਾ। ਅਤੇ ਗਾਈਸ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਵਿਜ਼ਿਟ ਕੀਤਾ ਉਹ ਸਾਡੇ ਚੈਨਲ 'ਤੇ ਤੁਸੀਂ ਸਾਡੀ ਪਹਿਲੀ ਵੀਡੀਓ ਦੇਖ ਰਹੇ ਹੋ, ਤਾਂ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕੋਨ ਨੂੰ ਜ਼ਰੂਰ ਦਬਾ ਲਿਓ, ਕਿਉਂਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਨੂੰ ਪਹਿਲਾਂ ਵੀਡੀਓ ਦੇਖ ਸਕੇ। ਅਤੇ ਦੋਸਤੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਐਂਟਰੀ ਗੇਟ ਆ ਗਿਆ ਮੰਦਿਰ ਭਵਨ ਦੇ ਅੰਦਰ ਜਾਣ ਵਾਸਤੇ। ਦੋਸਤੋ ਇੱਥੇ ਆਪਣੇ ਆਈ ਕਾਰਡ ਜਿਹੜਾ ਆਪਾਂ ਆਈ ਕਾਰਡ ਬਣਵਾ ਕੇ ਲਿਆਏ ਹਾਂ ਉਹ ਐਂਟਰੀ ਇੱਥੋਂ ਹੀ ਐਂਟਰੀ ਹੋਣੀ ਹੈ। ਦੋਸਤੋ ਇੱਥੇ ਆਈ ਕਾਰਡ ਵੀ ਚੈੱਕ ਹੋਏਗਾ ਅਤੇ ਜੋ ਵੀ ਤੁਹਾਡੇ ਕੋਲ ਸਮਾਨ ਹੈ ਬੈਗ ਵਗੈਰਾ ਉਹ ਸਾਰੀ ਇੱਥੇ ਤੁਹਾਡੀ ਚੈਕਿੰਗ ਹੋਏਗੀ। ਹਾਂਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਡੀ ਹੁਣ ਚੜ੍ਹਾਈ ਸ਼ੁਰੂ ਹੈ। ਦੋਸਤੋ 14 ਕਿਲੋਮੀਟਰ ਚੜ੍ਹਾਈ ਹੈ। ਦੋਸਤੋ ਜਿੱਥੇ ਗੁਲਸ਼ਨ ਕੁਮਾਰ ਜੀ ਦਾ ਲੰਗਰ ਲੱਗਦਾ ਹੈ, ਕੇਸਰੀ ਦਾ, ਦੋਸਤੋ ਇੱਥੇ ਹੀ ਲੰਗਰ ਲੱਗਦਾ ਹੈ ਅਤੇ ਇੱਥੋਂ ਹੀ ਦੋਸਤੋ ਚੜ੍ਹਾਈ ਸ਼ੁਰੂ ਹੁੰਦੀ ਹੈ। ਅਤੇ ਦੋਸਤੋ ਤੁਸੀਂ ਸਾਡੇ ਨਾਲ ਚੜ੍ਹਾਈ ਦੇ ਵਿੱਚ ਬਣੇ ਰਹੋ, ਬਾਕੀ ਜਾਣਕਾਰੀ ਮੈਂ ਤੁਹਾਨੂੰ ਅੱਗੇ ਦਿੰਦਾ ਰਹੂੰਗਾ। ਗਾਈਸ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ, ਦੋਸਤੋ ਇੱਥੇ ਤੁਸੀਂ ਘੋੜੇ ਵੀ ਕਰ ਸਕਦੇ ਹੋ, ਜਿਵੇਂ ਤੁਸੀਂ ਉੱਪਰ ਜਾਣ ਵਾਸਤੇ ਜੇ ਕਿਸੇ ਤੋਂ ਨਹੀਂ ਜਾ ਹੁੰਦਾ ਤੁਰ ਕੇ ਪੈਦਲ ਯਾਤਰਾ ਨਹੀਂ ਹੁੰਦੀ, ਤਾਂ ਦੋਸਤੋ ਤੁਸੀਂ ਇੱਥੋਂ ਅੱਧ ਕੁਆਰੀ ਤੱਕ ਜਾਂ ਮਾਈ ਦੇ ਭਵਨ ਤੱਕ ਤੁਸੀਂ ਇੱਥੋਂ ਘੋੜੇ ਵੀ ਕਰ ਸਕਦੇ ਹੋ। ਅਤੇ ਦੋਸਤੋ ਇੱਥੋਂ ਪਾਲਕੀ ਵੀ ਜਾਂਦੀ ਹੈ, ਤੁਸੀਂ ਪਾਲਕੀ ਵੀ ਕਰ ਸਕਦੇ ਹੋ। ਅਤੇ ਦੋਸਤੋ ਜਿਹੜਾ ਘੋੜੇ ਦਾ ਰੈਂਟ ਹੈ ਤੁਸੀਂ ਪੇ ਕਰਨਾ, ਅਤੇ ਦੋਸਤੋ ਅੱਧ ਕੁਆਰੀ ਤੱਕ 650 ਰੁਪਇਆ ਸੀਗਾ ਅਤੇ ਉੱਪਰ ਤੱਕ ਭਵਨ ਤੱਕ 1250 ਰੁਪਏ ਸੀਗਾ। ਅਤੇ ਜਿਹੜੀ ਪਾਲਕੀ ਦਾ ਸੀਗਾ ਰੇਟ ਦੋਸਤੋ 2500-2600 ਰੁਪਇਆ ਸੀਗਾ ਜਾਣ ਵਾਸਤੇ। ਅਤੇ ਦੋਸਤੋ ਬਾਕੀ ਤੁਸੀਂ ਉੱਥੇ ਜਾ ਕੇ ਗੱਲਬਾਤ ਕਰ ਸਕਦੇ ਹੋ, ਦੋਸਤੋ ਜਦ ਤੁਸੀਂ ਜਾਓਗੇ ਉੱਥੇ ਉਸ ਟਾਈਮ ਤੱਕ ਦੀ ਗੱਲ ਹੋਊਗੀ। ਅਤੇ ਮਿਲਦੇ ਹਾਂ ਤੁਹਾਨੂੰ ਦੋਸਤੋ ਅੱਗੇ ਜਾ ਕੇ, ਹੋਰ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਅੱਗੇ ਵੀ ਜਾ ਕੇ।
ਬਾਈ ਤੁਸੀਂ ਦੇਖ ਰਹੇ ਹੋ ਸੁਬਾ ਭਵਨ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੋਸਤੋ ਅਸੀਂ ਰਾਤ ਹੀ ਮੱਥਾ ਟੇਕ ਲਿਆ ਸੀਗਾ 11:30-11:30 ਦਾ ਟਾਈਮ ਸੀਗਾ ਜਿਸ ਟਾਈਮ ਅਸੀਂ ਮੱਥਾ ਟੇਕਿਆ ਲਾਈਨ ਬਹੁਤ ਜ਼ਿਆਦਾ ਘੱਟ ਸੀਗੀ ਤੇ ਦੋਸਤੋ ਸਵੇਰੇ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ 2-2.5 ਕਿਲੋਮੀਟਰ ਦੀ ਲੰਬੀ ਲਾਈਨ ਸੀਗੀ ਤੇ ਦੋਸਤੋ ਅਸੀਂ ਸਵੇਰੇ ਸਾਜਰੇ ਉੱਠ ਕੇ ਬਾਬਾ ਭੈਰੋ ਜੀ ਦੇ ਦਰਸ਼ਨ ਵੀ ਕਰੇ ਆਏ ਸੀਗੇ ਤੇ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਦੋਸਤੋ ਬਾਜ਼ਾਰ ਹੈ ਸਾਰਾ ਜਿਵੇਂ ਤੁਸੀਂ ਖਾਣ ਪੀਣ ਦਾ ਕੋਈ ਸਮਾਨ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਪ੍ਰਸ਼ਾਦ ਵਗੈਰਾ ਲੈਣਾ ਚਾਹੁੰਦੇ ਹੋ ਤੇ ਦੋਸਤੋ ਤੁਸੀਂ ਮੱਥਾ ਟੇਕਣ ਵਾਸਤੇ ਜਿਹੜਾ ਦਰਬਾਰ ਦੇ ਅੰਦਰ ਦੀਆਂ ਦੁਕਾਨਾਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਸਸਤਾ ਪ੍ਰਸ਼ਾਦ ਮਿਲਦਾ ਅਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਅੱਗੇ ਅਤੇ ਤੁਸੀਂ ਬਾਹਰੋਂ ਵੀ ਲੈ ਸਕਦੇ ਹੋ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਭਵਨ ਦਾ ਰਸਤਾ ਹੈ ਅਤੇ ਜਿਹੜਾ ਇੱਧਰਲੇ ਪਾਸੇ ਤੁਸੀਂ ਦੇਖੋਗੇ ਇਹ ਵਾਪਸ ਜਾਣ ਦਾ ਰਸਤਾ ਹੈ ਅਤੇ ਦੋਸਤੋ ਮੈਂ ਅੱਗੇ ਤੁਹਾਨੂੰ ਪ੍ਰਸ਼ਾਦ ਵਾਲੀਆਂ ਦੁਕਾਨਾਂ ਵੀ ਦਿਖਾਉਣਾ ਹੈ ਅਤੇ ਆਹ ਸਾਹਮਣੇ ਦਰਬਾਰ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਅਤੇ ਆਹ ਜਿਹੜਾ ਰਸਤਾ ਹੈ ਇਹ ਵਾਪਸ ਜਾਣ ਦਾ ਅਤੇ ਹੁਣ ਅੱਗੇ ਚੱਲਦੇ ਹਾਂ ਆਪਾਂ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੇ ਹੋ ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਅਤੇ ਦੋਸਤੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਦੇ ਵਿੱਚ ਜੈ ਮਾਤਾ ਜੀ ਲਿਖੋ ਔਰ ਆਪਣੇ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਤੇ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਦੋਸਤੋ ਜਿਹੜੀ ਮੰਦਰ ਦੀਆਂ ਦੁਕਾਨਾਂ ਹੈ ਉੱਥੋਂ ਬਹੁਤ ਘੱਟ ਰੇਟ ਪ੍ਰਸ਼ਾਦ ਵਗੈਰਾ ਮਿਲਦਾ ਹੈ ਉਹ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਅਤੇ ਬਾਕੀ ਤੁਹਾਨੂੰ ਮੈਂ ਹੋਰ ਜਾਣਕਾਰੀ ਵੀ ਦਊਂਗਾ ਲੰਗਰ ਵਾਸਤੇ ਬਹੁਤ ਘੱਟ ਰੇਟਾਂ 'ਤੇ ਦੋਸਤੋ ਇੱਥੇ ਲੰਗਰ ਵੀ ਮਿਲ ਜਾਂਦਾ ਦੋਸਤੋ ਇੱਥੇ ਆਉਣ ਦਾ ਸਾਡਾ ਬਹੁਤ ਨਾਂ ਦੇ ਬਰਾਬਰ ਖਰਚਾ ਹੋਇਆ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਅਤੇ ਦੋਸਤੋ ਅਸੀਂ ਉਰੇ 2 ਬੰਦੇ ਆਏ ਸੀਗੇ ਮੈਂ ਅਤੇ ਮੇਰਾ ਬੇਟਾ ਅਤੇ ਮੈਂ ਤੁਹਾਨੂੰ ਦੋਹਾਂ ਦਾ ਖਰਚਾ ਵੀ ਦੱਸੂੰਗਾ ਲਾਸਟ ਦੇ ਵਿੱਚ ਸਾਡੀ ਵੀਡੀਓ 'ਚ ਬਣੇ ਰਹੇ ਹੋ ਤੁਸੀਂ ਅੱਗੇ ਦੇਖ ਰਹੇ ਹੋ ਅਤੇ ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਭਵਨ ਦੀਆਂ ਆਪਣੀਆਂ ਸ਼ੋਪਸ ਹੈ ਇੱਥੇ ਦੋਸਤੋ ਬਹੁਤ ਰੇਟ ਘੱਟ ਦੇ ਵਿੱਚ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ ਬੋਰਡ ਦੇ ਉੱਪਰ ਤੁਸੀਂ ਪੜ੍ਹ ਸਕਦੇ ਹੋ 50 ਰੁਪਈਏ ਅਤੇ 100 ਰੁਪਏ ਦੇ ਵਿੱਚ ਪ੍ਰਸ਼ਾਦ ਤੁਸੀਂ ਲੈ ਸਕਦੇ ਹੋ ਅਤੇ ਦੋਸਤੋ ਤੁਸੀਂ ਇੱਥੇ ਲਿਫਟ ਰਾਹੀਂ ਵੀ ਤੁਸੀਂ ਉੱਪਰ ਭੈਰੋ ਬਾਬੇ ਦੇ ਦਰਸ਼ਨ ਵੀ ਕਰ ਸਕਦੇ ਹੋ ਦੋਸਤੋ ਇੱਥੇ ਮੇਰੇ ਹਿਸਾਬ ਨਾਲ ਦੋਸਤੋ 100 ਰੁਪਈਏ ਦੇ ਵਿੱਚ ਤੁਸੀਂ ਜਾ ਸਕਦੇ ਹੋ ਉੱਪਰ ਅਤੇ ਬਾਕੀ ਤੁਸੀਂ ਦੋਸਤੋ ਜਿਸ ਟਾਈਮ ਆਉਂਗੇ ਉਸ ਟਾਈਮ ਦਾ ਕੀ ਪਤਾ ਰੇਟ ਘਟੇ ਜਾਂ ਵਧੇ ਅਤੇ ਬਾਕੀ ਚੱਲਦੇ ਹਾਂ ਆਪਾਂ ਦੋਸਤੋ ਅੱਗੇ ਅੱਗੇ ਵੀ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਰਹੂੰਗਾ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੇ ਹੋ ਘੰਟਾ 1.5 ਘੰਟੇ ਦੀ ਵੇਟਿੰਗ ਤੋਂ ਬਾਅਦ ਜਾ ਕੇ ਤੁਹਾਨੂੰ ਇਹਦੀ ਟਿਕਟ ਮਿਲੇਗੀ ਬਾਕੀ ਉਹਦੇ ਏਟੀਐਮ ਵਗੈਰਾ ਵੀ ਉਹਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਏਟੀਐਮ ਵਗੈਰਾ ਵੀ ਹੈਗੇ ਆ ਜੇ ਪੈਸੇ ਵਗੈਰਾ ਤੁਸੀਂ ਕਢਾਉਣਾ ਚਾਹੁੰਦੇ ਹੋ ਉੱਥੇ ਬਹੁਤ ਜ਼ਿਆਦਾ ਰਸ਼ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਨਾਲੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਓ ਔਰ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਕਰਕੇ ਰੱਖਣਾ ਅਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਆਹ ਰਸ਼ ਕਿੰਨਾ ਉਰੇ ਆਹ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਜ਼ਿਆਦਾ ਰਸ਼ ਹੈ ਉਸ ਤੋਂ ਬਾਅਦ ਦੇਖੋ ਆਹ ਲਿਫਟ ਜਾ ਰਹੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਉਸ ਤੋਂ ਬਾਅਦ ਦੇਖੋ ਆਹ ਲਿਫਟ ਜਾ ਰਹੀ ਹੈ ਉਸ ਤੋਂ ਹੋਰ ਵੀ ਦੇਖਦੇ ਹਾਂ ਆਪਾਂ ਉਸ ਤੋਂ ਇੱਥੋਂ ਚੱਲਦੀ ਹੈ ਲਿਫਟ ਇਹ
ਉਹਦਾ ਇੱਥੋਂ ਲਿਫਟ ਚੱਲਦੀ ਹੈ ਇਹ ਲਈ, ਅਤੇ ਤੁਹਾਨੂੰ ਮੈਂ ਦਿਖਾਈ ਸੀ ਉਹਦਾ ਦੋਸਤੋ, ਉਹ ਜਾ ਰਹੀ ਹੈ ਲਿਫਟ, ਇਹ ਭੈਰੋ ਬਾਬਾ ਦੇ ਮੰਦਰ ਤੱਕ ਜਾਂਦੀ ਹੈ। ਬਾਕੀ ਦੇਖਦੇ ਹਾਂ ਦੋਸਤੋ ਅੱਗੇ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲਦਾ। ਉਸ ਤੋਂ ਦੇਖ ਸਕਦੇ ਰਸ਼, ਬਾਕੀ ਦੋਸਤੋ ਦੇਖਦੇ ਆਪਾਂ ਨੂੰ ਅੱਗੇ ਹੋਰ ਕੀ ਦੇਖਣ ਮਿਲਦਾ। ਦੋਸਤੋ ਜੀ ਕਾਫੀ ਹੈਗੀ ਹੈ ਸ਼ੋਪ ਪ੍ਰਸ਼ਾਦ ਲੈਣ ਵਾਸਤੇ। ਬਾਕੀ ਤੁਸੀਂ ਪਾਣੀ ਵਗੈਰਾ ਤੁਸੀਂ ਦੇਖ ਸਕਦੇ ਹੋ, ਇੱਥੇ ਆ ਮੰਦਰ ਕੰਨੀ ਆਹ ਲੱਗਿਆ ਹੋਇਆ ਪਾਣੀ ਵਾਸਤੇ, ਅਤੇ ਇੱਥੋਂ ਤੁਸੀਂ ਪਾਣੀ ਵਗੈਰਾ ਆਪ ਦੇਖ ਸਕਦੇ ਹੋ, ਤੁਸੀਂ ਉਹਦੀ ਪਾਣੀ ਵਗੈਰਾ ਵੀ ਕਰ ਸਕਦੇ ਹੋ। ਬਾਕੀ ਆਪਾਂ ਚੱਲਦੇ ਹਾਂ ਕਿ ਹੋਰ ਦੇਖਦੇ ਹਾਂ ਕੀ ਕੁਝ ਦੇਖਣ ਨੂੰ ਮਿਲਦਾ, ਇੱਥੋਂ ਕਰਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਹੈ। ਅਤੇ ਹੁਣ ਆਪਾਂ ਜਾ ਰਹੇ ਹਾਂ ਵਾਪਸੀ, ਤੁਹਾਨੂੰ ਦੱਸਿਆ ਸੀਗਾ ਜਿੱਦਾਂ ਕਿ ਆਪਾਂ ਉੱਪਰੋਂ ਆ ਰਹੇ ਹਾਂ ਵਾਪਸ, ਅਤੇ ਆਹ ਰਸਤੇ ਦੇ ਵਿੱਚ ਬਾਜ਼ਾਰ ਹੈ, ਤੁਸੀਂ ਪ੍ਰਸ਼ਾਦ ਵਗੈਰਾ ਜਿਹੜਾ ਵੀ ਲੈਣਾ ਪ੍ਰਸ਼ਾਦ ਵਗੈਰਾ ਲੈਣਾ ਚਾਹੁੰਦੇ ਹੋ ਅਤੇ ਤੁਸੀਂ ਇੱਥੋਂ ਪ੍ਰਸ਼ਾਦ ਵਗੈਰਾ ਆਪਣੇ ਘਰ ਵਾਸਤੇ ਜਾਂ ਕਿਸੇ ਨੂੰ ਦੇਣ ਦੇਣ ਵਾਸਤੇ ਵੀ ਤੁਸੀਂ ਲਿਜਾ ਸਕਦੇ ਹੋ। ਆਹ ਕੋਲਡ ਡਰਿੰਕ ਵਗੈਰਾ ਦੀਆਂ, ਗੰਨੇ ਦਾ ਰਸ ਵਗੈਰਾ, ਜੂਸ ਵੀ ਹੈ ਤੁਸੀਂ, ਆਹ ਸਾਰੇ ਬਾਜ਼ਾਰ ਦੀ ਲੁੱਕ ਹੈ। ਇੱਥੋਂ ਤੁਸੀਂ ਡਰਾਈ ਫਰੂਟ ਵਗੈਰਾ ਵੀ ਲੈਣਾ ਚਾਹੁੰਦੇ ਹੋ। ਅਤੇ ਬਾਕੀ ਦੋਸਤੋ ਤੁਹਾਨੂੰ ਮੈਂ ਹੋਰ ਮਾਰਕੀਟ ਵੀ ਦਿਖਾਉਂਦਾ ਇੱਥੇ, ਦੋਸਤੋ ਦੇਖ ਸਕਦੇ ਇੱਥੇ ਦੇਖੋ ਮਸਾਜ ਕਰਾਉਣ ਵਾਸਤੇ ਵੀ ਇੱਥੇ ਚੇਅਰ ਵਗੈਰਾ ਹੁੰਦੀਆਂ ਮਸਾਜ ਵਾਲੀਆਂ, ਆਹ ਤੁਸੀਂ ਦੇਖ ਸਕਦੇ ਹੋ। ਆਹ ਘੋੜੇ ਵਗੈਰਾ ਦੋਸਤੋ ਤੁਸੀਂ ਹੱਥ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਦੋਸਤੋ, ਘੋੜਿਆਂ ਦੇ ਉੱਪਰ ਵੀ ਤੁਸੀਂ ਜਿੱਦਾਂ ਕਿ ਆ ਸਕਦੇ ਹੋ। ਘੋੜਿਆਂ ਦਾ ਰੈਂਟ ਵਗੈਰਾ ਤਾਂ ਮੈਂ ਪੁੱਛਿਆ ਨਹੀਂ, ਬਾਕੀ ਜੇ ਹੋ ਸਕਿਆ ਤਾਂ ਅੱਗੇ ਕੋਈ ਖੜਾ ਹੋਊਗਾ ਮੈਂ ਪੁੱਛੂੰਗਾ ਵੀ ਉਹਦਾ। ਬਾਕੀ ਤੁਸੀਂ ਆਹ ਦੇਖ ਸਕਦੇ ਆਹ ਪ੍ਰਸ਼ਾਦ ਵਾਲੀਆਂ ਦੁਕਾਨਾਂ ਸਾਰੀਆਂ, ਬਾਕੀ ਬੱਚਿਆਂ ਦੇ ਟੋਏ ਵਗੈਰਾ ਤੁਸੀਂ ਦੇਖ ਸਕਦੇ, ਚੱਪਲਾਂ ਵਗੈਰਾ ਇੱਥੇ, ਤੁਸੀਂ ਜੂਸ ਵਗੈਰਾ ਆਹ ਬਹੁਤ ਚੀਜ਼ਾਂ। ਦੋਸਤੋ ਇਹ ਖਾਣ ਪੀਣ ਦਾ ਵੀ ਕੰਮ ਬਹੁਤ ਹੈ, ਤੁਸੀਂ ਉਹਦੇ ਕੋਈ ਖਾਣਾ ਪੀਣਾ ਚਾਹੁੰਦੇ ਹੋ ਜਿੱਦਾਂ ਕਿ ਆਹ ਤੁਸੀਂ ਦੇਖ ਸਕਦੇ ਹੋ ਆਹ ਸ਼ੋਪ 'ਤੇ ਮੈਗੀ ਹੈ। ਆਹ ਦੇਖੋ ਦੋ ਤਿੰਨ ਦੁਕਾਨਾਂ ਛੱਡਣ ਤੋਂ ਬਾਅਦ ਹੀ ਖਾਣ ਪੀਣ ਦੀ ਦੁਕਾਨ ਆ ਜਾਂਦੀ ਹੈ ਦੋਸਤੋ। ਇੱਥੇ ਇੱਕ ਤੁਸੀਂ ਆਹ ਦੇਖ ਸਕਦੇ ਹੋ, ਇੱਥੇ ਤੁਸੀਂ ਪਿੱਕ ਵਗੈਰਾ ਤੁਸੀਂ ਆਉਣਾ ਚਾਹੁੰਦੇ ਹੋ, ਜਿਵੇਂ ਸ਼੍ਰੀ ਵੈਸ਼ਨੋ ਮਿਆ ਜੀ ਦਰਬਾਰ ਦੇ ਅੰਦਰਲੇ ਸਰੂਪ ਬਣੇ ਹੋਏ ਹੈ, ਭੋਲੇਨਾਥ ਦੇ ਹੋਰ ਵੀ ਕਈ ਸਰੂਪ ਬਣੇ ਹੋਏ ਹੈ, ਜਦ ਤੁਸੀਂ ਆਓਗੇ ਤੁਸੀਂ ਇੱਥੇ ਵੀ ਆ ਸਕਦੇ ਹੋ। ਅਤੇ ਆਹ ਤੁਸੀਂ ਦੇਖ ਸਕਦੇ ਹੋ ਦੋਸਤੋ ਪ੍ਰਸ਼ਾਦ ਦੀ ਦੁਕਾਨਾਂ, ਬਾਕੀ ਹੋਰ ਕਿਸੇ ਨੂੰ ਦੇਣ ਲੈਣ ਵਾਸਤੇ ਆਪਾਂ ਸਮਾਨ ਲੈਣਾ ਜਾਂ ਡਰਾਈ ਫਰੂਟ ਵਗੈਰਾ ਲੈਣਾ, ਆਹ ਤੁਸੀਂ ਦੇਖ ਸਕਦੇ ਹੋ। ਆਹ ਢਾਬਾ ਦੋਸਤੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮਿਲ ਜੂਗਾ, ਮਗਰ ਇਸ ਤਰ੍ਹਾਂ ਹੁਣ ਵਾਪਸ ਆ ਰਹੇ ਹਾਂ, ਇਹ ਸਟਾਰਟਿੰਗ ਨਹੀਂ ਲੁੱਕ ਹੈ ਕਿਉਂਕਿ ਦੋਸਤੋ ਕੱਲ੍ਹ ਆਉਣ ਲੱਗੇ ਇੰਨਾ ਵੀ ਜ਼ਿਆਦਾ ਧੁੱਪ ਸੀਗੀ, ਵੀਡੀਓ ਬਣਾ ਨਹੀਂ ਪਾਇਆ, ਅੱਜ ਮੌਸਮ ਫਿਰ ਵੀ ਕੱਲ੍ਹ ਨਾਲੋਂ ਠੰਡਾ। ਅਤੇ ਆਹ ਦੇਖੋ ਘੋੜੇ ਦੋਸਤੋ ਜਿਵੇਂ ਗੁਜ਼ਰੇ ਹੋਏ ਨੇ ਦੋਸਤੋ, ਇੱਕ ਆਹ ਬੱਗੀ ਚੱਲੀ ਹੈ ਨਵੀਂ, ਇਹਦੇ 'ਚ ਤੁਸੀਂ ਬੱਚੇ ਵਗੈਰਾ ਜਾਂ ਆਪਣਾ ਸਮਾਨ ਵਗੈਰਾ ਲਿਆ ਹੋਵੇ ਇੱਕ ਆਹ ਚੀਜ਼ ਆਉਂਦੀ ਹੈ, ਇਹਦੇ ਉੱਪਰ ਤੁਸੀਂ ਬਹਿ ਕੇ ਜਾ ਸਕਦੇ ਹੋ। ਬੱਗੀ ਇਹ ਦੋਸਤੋ ਇੱਕ ਜਣੇ ਨੂੰ ਚਾਰ ਜਣੇ ਲੈ ਕੇ ਜਾਂਦੇ ਆ, ਚਾਰ ਜਣੇ ਚੱਕਦੇ ਆ ਬੱਗੀ ਨੂੰ।
ਉੱਥੋਂ ਹਾਲਤ ਖਸਤਾ ਹੋਈ ਪਈ ਆ, ਕੱਲ੍ਹ ਵੀ ਉੱਤਰ ਕੇ ਉੱਥੋਂ ਬਹੁਤ ਜ਼ਿਆਦਾ ਚੜ੍ਹਾਈ ਆ, 14 ਕਿਲੋਮੀਟਰ ਚੜ੍ਹਾਈ ਸਿੱਧੀ ਚੜ੍ਹੇ ਹਾਂ ਅਸੀਂ, ਅਤੇ ਹੁਣ ਹਾਲਤ ਦੋਸਤੋ ਖਰਾਬ ਆ ਸਾਡੀ, ਬਾਕੀ ਮੈਂ ਤੁਹਾਨੂੰ ਬਾਜ਼ਾਰ ਦੀ ਦਿਖਾਉਂਦਾ। ਅੱਜ ਦੇ ਜਿਹੜੇ ਬਲੌਕ ਆ ਇਹ, ਉਸੋ ਇਹ 2 ਦਿਨ ਦਾ ਇਕੱਠਾ ਬਲੌਕ ਕਰਤਾ ਸੀਗਾ, ਜਿੱਦਾਂ ਕਿ ਜਿਵੇਂ ਕੱਲ੍ਹ ਆਏ ਸੀਗੇ ਅਤੇ ਉਸ ਤੋਂ ਬਾਅਦ ਅੱਜ ਦਾ, ਅਤੇ ਉਸੋ ਇਹ ਬਲੌਕ ਨੂੰ ਆਪਾਂ ਕਰਦੇ ਹਾਂ ਐਤੀ ਸਮਾਪਤੀ। ਉਸੋ ਜੇ ਹੋ ਸਕਿਆ ਤਾਂ ਮੈਂ ਕਟੜਾ ਬਾਜ਼ਾਰ ਦਾ, ਬਾਜ਼ਾਰ ਦੀ ਜਿਹੜੀ ਲੁੱਕ ਹੈ ਔਰ ਉੱਥੇ ਕੀ ਕੁਛ ਤੁਹਾਨੂੰ ਸਸਤਾ ਅਤੇ ਵਧੀਆ ਕੀ ਕੁਛ ਮਿਲ ਸਕਦਾ, ਬਾਕੀ ਆਪਾਂ ਉਹਦੀ ਵੀ ਦੇਖਾਂਗੇ ਜੇ ਵੀਡੀਓ ਸ਼ੂਟ ਹੋ ਸਕੇ, ਕਿਉਂਕਿ ਦੋਸਤੋ ਗਰਮੀ ਬਹੁਤ ਜ਼ਿਆਦਾ, ਮੋਬਾਈਲ ਜਿਹੜਾ ਕੈਮਰਾ ਉਹ ਹੀਟ ਕਰਕੇ ਨਾ ਬੰਦ ਹੋ ਜਾਂਦਾ ਗਰਮ ਕਰਕੇ। ਜੇ ਵੀਡੀਓ ਸ਼ੂਟ ਹੋ ਪਾਈ ਤਾਂ ਜ਼ਰੂਰ ਕਰਾਂਗੇ, ਅਤੇ ਦੋਸਤੋ ਮਿਲਦੇ ਹਾਂ ਕੋਈ ਨੈਕਸਟ ਬਲੌਗ ਦੇ ਵਿੱਚ। ਅਤੇ ਦੋਸਤੋ ਨਾਲੇ ਇੱਕ ਜ਼ਰੂਰੀ ਤੁਹਾਨੂੰ ਰਿਕੁਐਸਟ ਵੀ ਹੈ, ਮੇਰੀ ਬੇਨਤੀ ਵੀ ਹੈ ਕਿ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰੋ, ਅਤੇ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਤੁਹਾਨੂੰ ਸ਼੍ਰੀ ਵੈਸ਼ਨੋ ਮਾਤਾ ਜੀ ਦਰਬਾਰ ਕਿੱਦਾਂ ਦੀ ਲੱਗੀ, ਔਰ ਸ਼ੇਅਰ ਵੀ ਕਰਿਓ, ਲਾਈਕ ਵੀ ਕਰਿਓ, ਕਮੈਂਟ ਵੀ ਕਰਿਓ, ਅਤੇ ਮਿਲਦੇ ਹਾਂ ਦੋਸਤੋ ਕੋਈ ਨੈਕਸਟ